ਕੁੜੀਆਂ ਵਧੀਆ ਡਰਾਈਵਰ ਹੁੰਦੇ ਨੇ ਕਿ ਮੁੰਡੇ ਵਧੀਆ ਡਰਾਈਵਰ ਮੁੰਡੇ ਓਬਵੀਅਸਲੀ ਮੁੰਡੇ ਜੀ ਕਿਉਂ ਕੁੜੀਆਂ ਪੈਰਾਂ ਤੇ ਬ੍ਰੇਕ ਲਾਉਂਦੀਆਂ ਵਾ ਪਹਿਲੀ ਗੱਲ ਸਕੂਟੀ ਦੀਆਂ ਅਰੇ ਕੁੜੀਆਂ ਨਹੀਂ ਸੈੱਟ ਹੋਈ ਜੀ ਸਿਖਾਵੇ ਕਿੱਥੇ ਦੇ ਕੋਈ ਬੁਰਾ ਲੱਗਦਾ ਹੈ ਭਾਈ ਆਪ ਲੋਗ ਵੀ ਜਾਣਦੇ ਹੋ ਮੈਨੂੰ ਨਹੀਂ ਪਤਾ ਆਈ ਥਿੰਕ ਕੁੜੀਆਂ ਕੁਝ ਵੀ ਜੋ ਵੀ ਕੰਮ ਕਰਦੀਆਂ ਵਧੀਆ ਹੀ ਕਰਦੀਆਂ ਵਧੀਆ ਹੀ ਕਰਦੀਆਂ ਜ਼ਰਾ ਸਾ ਝੂਮ ਲੂ ਮੈਂ ਅਰ ਨਾਰੇ ਨਾਰੇ ਨਾ ਜ਼ਰਾ ਸਾ ਝੂਮ ਲੂ ਮੈਂ ਅਰ ਨਾਰੇ ਨਾਰੇ ਨਾ ਮੈਨੂੰ ਤਾਂ ਲੱਗਦਾ ਬਹੁਤ ਐਕਸਲੈਂਟ ਡਰਾਈਵਰ ਹੁੰਦੀ ਹੈ ਵੂਮਨ ਬੀਪੀ ਵੱਜਦੀਆਂ ਨਾ ਹਾਰਨ ਮਾਰਦੇ ਸੀ ਤੇ ਅੱਗੇ ਵਾਲਾ ਜਦੋਂ ਗੱਡੀ ਹਿਲਾਉਂਦਾ ਨਹੀਂ ਤਾਂ ਪਿੱਛੇ ਜਿਹੜਾ ਡਰਾਈਵ ਕਰ ਰਿਹਾ ਹੁੰਦਾ ਹਮੇਸ਼ਾ ਕਹਿੰਦਾ ਹੈ ਪੱਕਾ ਕੁੜੀ ਹੋਣੀ ਹੈ ਵੇਖੋ ਬਸ ਕੁੜੀਆਂ ਦਾ ਜਿਹੜਾ ਦਿਮਾਗ ਹੁੰਦਾ ਗੋਡਿਆਂ 'ਚ ਹੀ ਹੁੰਦਾ ਗੱਡੀ ਕੁੜੀਆਂ ਹੁਣ ਇਹ ਤੁਹਾਡੇ ਤੇ ਗੱਲਬਾਤ ਆ ਚੁੱਕੀ ਹੈ ਵੀ ਤੁਹਾਡਾ ਦਿਮਾਗ ਘੁੱਟਣਿਆਂ 'ਚ ਹੁੰਦਾ ਨਹੀਂ ਬਈ ਮੈਂ ਨਹੀਂ ਕਿਹਾ ਮੈਂ ਵਿਆਹਿਆ ਜੀ ਇਹ ਤਾਂ ਮੈਂ ਪੁੱਛਿਆ ਹੀ ਨਹੀਂ ਨਾ ਕੀਤੀ ਸੀ ਮਤਲਬ ਉਹ ਸੀ ਬੜੀਆਂ ਲੱਗ ਗਈਆਂ ਪਿੱਛੇ ਉਹ 3 ਸਾਲ ਕੋਰਟ ਕਚਹਿਰੀ ਸੀ ਸੀ ਲੱਗਦਾ ਰਿਹਾ ਮਦਰ ਡਾਟਰ ਆਏ ਕੁਝ ਵੀ ਸਮਝ ਜਾਂ ਨੂੰ ਪੱਠੇ ਪਾਣੇ ਹੁੰਦੇ ਆ ਜੀ ਉਹ ਵਾਲਾ ਕੰਮ ਹੈ ਜੀ ਆਪਣਾ ਵੀ ਬਾੜੇ ਮਾ ਜਾ ਕੇ ਕੱਖ ਪਾਣੇ ਹੁੰਦੇ ਆ ਜੀ ਬਸ ਸੂਰੀ ਹੋਵਾਂ ਜੀ ਸ਼ਾਮ ਨੂੰ ਜੀ ਸਕੂਟੀ ਚਲਾਦੇ ਹੋਏ ਪੈਰ ਨੀਚੇ ਨਹੀਂ ਲਗਾਣਾ ਹਮੇਸ਼ਾ ਬ੍ਰੇਕ ਮਾਰੋ ਸਿੱਧਾ ਵੂਮਨ ਸਾਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪੋਟਲੀ ਤੇ ਤਾਂ ਮੈਂ ਹਾਂ ਤੁਹਾਡੇ ਨਾਲ ਹਿਮਾਂਸ਼ੀ ਮੱਟੂ ਅੱਜ ਫਿਰ ਅਸੀਂ ਪਹੁੰਚ ਚੁੱਕੇ ਹਾਂ ਗੇੜੀ ਛੇੜੀ ਮਾਰਨ ਤੇ ਅੱਜ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਮੁੰਡੇ ਵਧੀਆ ਡਰਾਈਵਰ ਹੁੰਦੇ ਨੇ ਕਿ ਕੁੜੀਆਂ ਕਿਉਂਕਿ ਅਕਸਰ ਸਾਨੂੰ ਸੁਣਨ ਨੂੰ ਮਿਲਦਾ ਕਿ ਕੁੜੀਆਂ ਜਿਹੜੀਆਂ ਹੁੰਦੇ ਨੇ ਹਮੇਸ਼ਾ ਜਿਹੜੀ ਸਕੂਟਰੀ ਤੇ ਗੱਡੀ ਠੋਕ ਹੀ ਦਿੰਦੀਆਂ ਨੇ ਤਾਂ ਆਓ ਫਿਰ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਕੀ ਹਾਲ ਚਾਲ ਬਹੁਤ ਵਧੀਆ ਮੈਡਮ ਤੁਸੀਂ ਆਪ ਦੇ ਸੁਣਾਓ ਅਸੀਂ ਬਹੁਤ ਵਧੀਆ ਅੱਛਾ ਮੋਹਾਲੀ ਤੋਂ ਬਿਲੋਂਗ ਕਰਦੇ ਹੋ ਕਿ ਕਿੱਧਰ ਘੁੰਮਣਾ ਨਹੀਂ ਮੈਂ ਰਾਜਸਥਾਨ ਤੋਂ ਮੈਂ ਹਰਿਆਣੇ ਤੋਂ ਫਤਿਆਬਾਦ ਅੱਛਾ ਗੇੜੀ ਛੇੜੀ ਤਾਂ ਮਾਰਦੇ ਹੋਣੇ ਆ ਨਹੀਂ ਗੇੜੀ ਉਹ ਘੁੰਮਣ ਆ ਜਾਈਦਾ ਹਾਂ ਗੇੜੀ ਹੋਰ ਲੱਗ ਜਾਂਦੀ ਹੈ ਅੱਛਾ ਗੇੜੀ ਕਿਸ ਤੇ ਮਾਰਨਾ ਹੈ ਉਹ ਸਕੂਟਰੀ ਤੇ ਕਿ ਗੱਡੀ ਨਹੀਂ ਗੱਡੀ ਕਰੀ ਆਪਣੀ ਉਧਰ ਹਾਂ ਚਲੋ ਫਿਰ ਇੱਕ ਕੁਐਸਚਨ ਹੈ ਮੇਰੇ ਕੋਲ ਆਹਾ ਕਿ ਪੀ ਪੀ ਅੱਛਾ ਆ ਦੱਸੋ ਕਿ ਕੁੜੀਆਂ ਵਧੀਆ ਡਰਾਈਵਰ ਹੁੰਦੇ ਨੇ ਕਿ ਮੁੰਡੇ ਵਧੀਆ ਡਰਾਈਵਰ ਮੁੰਡੇ ਓਬਵੀਅਸਲੀ ਕਿਉਂ ਉੱਥੇ ਇੱਥੇ ਹੀ ਪਤਾ ਲੱਗ ਜਾਂਦਾ ਹੈ ਇੱਥੇ ਨਹੀਂ ਸਾਈਡ ਦਿੰਦੀ ਸਾਨੂੰ ਚੰਡੀਗੜ੍ਹ ਚ ਆ ਕੇ ਫਰਕ ਦੇਖਿਆ ਅੱਛਾ ਪਹਿਲੀ ਵਾਰ ਸੁਣਿਆ ਬਈ ਚੰਡੀਗੜ੍ਹ ਮੈਮ 70-80% ਲੇਡੀਜ਼ ਡਰਾਈਵਿੰਗ ਹੈ ਮੈਂ ਇਦਾਂ ਕਿਉਂ ਕਹੀ ਜਾਂਦੇ ਵੀ ਕੁੜੀਆਂ ਜਿੱਥੇ ਵੀ ਮਤਲਬ ਗਲਤ ਪਜ਼ਲ ਹੋ ਜਾਂਦੇ ਨਾ ਜਿੱਦਾਂ ਬਈ ਟਰਨ ਦੇਣ ਲੱਗੇ ਜਾਂ ਉਦਾਂ ਸਾਈਡ ਦੇਣ ਲੱਗੇ ਉਦਾਂ ਥੋੜੇ ਪਜ਼ਲ ਹੋ ਜਾਂਦੇ ਅੱਛਾ ਇਹ ਮੈਂ ਬਹੁਤ ਵਾਰ ਸੁਣਿਆ ਹੈ ਨਾ ਕਿ ਜਦੋਂ ਪੀ ਪੀ ਵੱਜਦੀਆਂ ਨਾ ਹਾਰਨ ਮਾਰਦੇ ਸੀ ਤੇ ਅੱਗੇ ਵਾਲਾ ਜਦੋਂ ਗੱਡੀ ਹਿਲਾਉਂਦਾ ਨਹੀਂ ਤਾਂ ਪਿੱਛੇ ਜਿਹੜਾ ਡਰਾਈਵ ਕਰ ਰਿਹਾ ਹੁੰਦਾ ਹਮੇਸ਼ਾ ਕਹਿੰਦਾ ਹੈ ਪੱਕਾ ਕੁੜੀ ਹੋਣੀ ਹੈ ਬਸ ਇਹ ਡਰਾਈਵਿੰਗ ਦੇ ਗੁਣ ਹੁੰਦੇ ਆ ਜਿਹੜੇ ਉਹਨਾਂ ਕਰਕੇ ਕਿਹਾ ਜਾਂਦਾ ਮੈਡਮ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੁੜੀਆਂ ਹੋਣੀਆਂ ਚਾਹੀਦੀਆਂ ਤੁਸੀਂ ਤਾਂ ਜਿਵੇਂ ਕਿਹਾ ਕਿ 70-80% ਤਾਂ ਪਾਇਲਟ ਵੀ ਬਣੇ ਨਾ ਆਪਣੇ ਬਠਿੰਡਾ ਤੋਂ ਹੋਣ ਕੁੜੀ ਬਣੇ ਨਾ ਇਹ ਤਾਂ ਕੁੜੀਆਂ ਡਰਾਈਵਰ ਵਧੀਆ ਹੁੰਦੀਆਂ ਨਾ ਇੱਕ ਤਰ੍ਹਾਂ ਦਾ ਹੈ ਮਿੱਥਾ ਜੀ ਇਹ ਮੈਂ ਮਿੱਥ ਕਿਉਂ ਬਣਿਆ ਹੋਇਆ ਉਹੀ ਅਸੀਂ ਜਾਣਨਾ ਮੈਂ ਤੁਹਾਨੂੰ ਕੀ ਬਤਾਉਣ ਕੁੜੀਆਂ ਚੱਲਿਆ ਆ ਰਿਹਾ ਹੈ ਵੀ ਕੁੜੀਆਂ ਦਾ ਜਿਹੜਾ ਦਿਮਾਗ ਹੁੰਦਾ ਗੋਡਿਆਂ 'ਚ ਹੀ ਹੁੰਦਾ ਤਾਂ ਕਰਕੇ ਕੁੜੀਆਂ ਹੁਣ ਇਹ ਤੁਹਾਡੇ ਤੇ ਗੱਲਬਾਤ ਆ ਚੁੱਕੀ ਹੈ ਵੀ ਤੁਹਾਡਾ ਦਿਮਾਗ ਘੁੱਟਣਿਆਂ 'ਚ ਹੁੰਦਾ ਨਹੀਂ ਬਈ ਮੈਂ ਨਹੀਂ ਕਿਹਾ ਇਹ ਬੜੇ ਐਕਸਾਈਟਿਡ ਹੋ ਕੇ ਆਏ ਸੀ ਸਾਡਾ ਕੁਐਸਚਨ ਸੁਣਦੇ ਇਹਨਾਂ ਨੂੰ ਵੀ ਪੁੱਛਣਾ ਅੱਛਾ ਕੁੜੀਆਂ ਵਧੀਆ ਡਰਾਈਵਰ ਹੁੰਦੇ ਨੇ ਕਿ ਮੁੰਡੇ ਮੁੰਡੇ ਜੀ ਕਿਉਂ ਅੱਛਾ ਕਿੰਨੀ ਵਾਰ ਗੇੜੀਆਂ ਮਾਰਨ ਆਇਆ ਮੋਹਾਲੀ ਪਹਿਲੀ ਵਾਰ ਹੀ ਆਇਆ ਜੀ ਹਾਂਜੀ ਅੱਛਾ ਮੈਨੂੰ ਆ ਦੱਸੋ ਕਿ ਕੁੜੀਆਂ ਜ਼ਿਆਦਾ ਵਧੀਆ ਡਰਾਈਵਰ ਹੁੰਦੇ ਨੇ ਕਿ ਮੁੰਡੇ ਮੁੰਡੇ ਹੀ ਹੁੰਦੇ ਆ ਜੀ ਕਿਉਂ ਮੇਰੇ ਹਿਸਾਬ ਨਾਲ ਤਾਂ ਮੁੰਡੇ ਹੀ ਹੁੰਦੇ ਆ ਕੁੜੀਆਂ ਦਾ ਬ੍ਰੇਕ ਸਕੂਟੀ ਦੇ ਦੇਖ ਲਓ ਬ੍ਰੇਕ ਲਾਉਂਦੀਆਂ ਨੇ ਪੈਰਾਂ ਨਾਲ ਹੀ ਰੋਕਦੀਆਂ ਅਰੇ ਨਹੀਂ ਇਹ ਐਕਚੁਅਲੀ ਮਿਥ ਬਣਿਆ ਹੀ ਹੋਇਆ ਕਿ ਨਹੀਂ ਬਣਿਆ ਹੋਇਆ ਇਹ ਟਰੁੱਥ ਹੈ ਜੀ ਮੈਂ ਦੇਖਿਆ ਰਿਐਲਿਟੀ 'ਚ ਇਹ ਗੱਲਾਂ ਹੈਗੀਆਂ ਅੱਛਾ ਤੁਹਾਡੇ ਘਰੇ ਸਿਸਟਰ ਹੈਗੀ ਆ ਨਾ ਜੀ ਕੋਈ ਸਿਸਟਰ ਨਹੀਂ ਇਕੱਲਾ ਹੀ ਆ ਇਕੱਲੀ ਹੀ ਹੋ ਅੱਛਾ ਤੁਹਾਡੇ ਹਾਂਜੀ ਹੈਗੀ ਉਹ ਚਲਾਉਂਦੇ ਨੇ ਨਹੀਂ ਕਿਉਂ ਐਸੀ ਡਰ ਤੋਂ ਨਾ ਐਸੀ ਡਰ ਤੋਂ ਅੱਛਾ ਠੋਕ ਠਾਕ ਨਾਲ ਹੀ ਹਾਂਜੀ ਤੁਸੀਂ ਡਰਾਈਵਰ ਹੋ ਵਧੀਆ ਚਲਾ ਲੈਂਦੇ ਨਹੀਂ ਮੈਂ ਤਾਂ ਨਾਲ ਹੀ ਆਉਣ ਵਾਲਾ ਬਸ ਇਹ ਵੀ ਇਦਾਂ ਦੇ ਨੇ ਹੈ ਮਤਲਬ ਅੱਛਾ ਜੀ ਤੁਹਾਨੂੰ ਫੜਾ ਦਿੱਤੀ ਜਾਵੇ ਚਲਾਣੀ ਸਿੱਖ ਜਾਓ ਜੇ ਤੁਸੀਂ ਇਹੋ ਜਿਹਾ ਕੰਮ ਕਰ ਲਓਗੇ ਕੋਈ ਹਾਂਜੀ ਕਹਿੰਦੇ ਹਾਂਜੀ ਕਿੰਨੇ ਕੌਨਫੀਡੈਂਸ ਨਾਲ ਕਹਿੰਦੇ ਹੁਣ ਪਤਾ ਵੀ ਮੈਨੂੰ ਚਲਾਉਣੀ ਨਹੀਂ ਆਉਂਦੀ ਉਹ ਮਾਰ ਠੋਕੂਗਾ ਹੀ ਨਹੀਂ ਨਹੀਂ ਸਿੱਖ ਲਓਗੇ ਜਦੋਂ ਤਦ ਦੀ ਗੱਲ ਕਰ ਰਹੀ ਹਾਂ ਫੇਰ ਵੀ ਬਾਦ ਘਾਟ ਚ ਵੱਜ ਹੀ ਜਾਂਦੀ ਆ ਫੇਰ ਉਹੀ ਗੱਲ ਹੈ ਜੇ ਕੁੜੀਆਂ ਨਾਲ ਹੋ ਗਿਆ ਫੇਰ ਨਹੀਂ ਵੀ ਜਦੋਂ ਖਾਧੀ ਪੀਤੀ ਚ ਕਦੇ ਲੱਗ ਗਈ ਉਹ ਗੱਲ ਵੱਖਰੀ ਆ ਉਦਾਂ ਤਾਂ ਨਹੀਂ ਇਦਾਂ ਹੁੰਦਾ ਕਦੇ ਕੁੜੀਆਂ ਮਤਲਬ ਬਿਨਾਂ ਖਾਧੇ ਪੀਤੇ ਕੁੜੀਆਂ ਵੀ ਕਰਦੀਆਂ ਨਸ਼ੇ ਪੱਤੇ ਜੀ ਲੈ ਜੀ
ਕੁੜੀਆਂ ਦੇਖ ਲੋ ਬਈ ਨਾ ਰੀਲਾ ਚ ਨਾ ਰੀਲ ਚ ਬੱਲੀਏ ਨੀ ਫੁਕਰੇ ਨਾ ਪੁੱਤ ਜੱਟਾਂ ਦੇ ਨਾ ਰੀਲਾ ਚ ਨਾ ਰੀਲ ਚ ਬੱਲੀਏ ਨੀ ਫੁਕਰੇ ਨਾ ਪੁੱਤ ਜੱਟਾਂ ਦੇ ਅੱਛਾ ਜਨਰਲ ਨੋਲੇਜ ਚੈੱਕ ਕਰੀਏ ਤੁਹਾਡੀ ਤਾਂ ਮੈਨੂੰ ਆ ਦੱਸੋ ਕੁੜੀਆਂ ਵਧੀਆ ਡਰਾਈਵਰ ਹੁੰਦੇ ਨੇ ਕਿ ਮੁੰਡੇ ਮੁੰਡੇ ਕਿਉਂ ਜੀ ਕੁੜੀਆਂ ਪੈਰਾਂ ਤੇ ਬ੍ਰੇਕ ਲਾਉਂਦੀਆਂ ਵਾ ਪਹਿਲੀ ਗੱਲ ਸਕੂਟੀ ਦੀਆਂ ਜ਼ਰਾ ਸਾ ਝੂਮ ਲੂ ਮੈਂ ਅਰੇ ਨਾਰੇ ਨਾਰੇ ਨਾ ਜ਼ਰਾ ਸਾ ਝੂਮ ਲੂ ਮੈਂ ਅਰੇ ਨਾਰੇ ਨਾਰੇ ਨਾ ਹਾਂਜੀ ਠੀਕ ਕਿ ਤਰ੍ਹਾਂ ਮਾਰਾਂ ਬਈ ਉਹੀ ਦੱਸ ਦੇ ਨਹੀਂ ਇਹ ਮਿੱਥੀ ਬਣੇ ਹੋਏਗੀ ਕੁੜੀਆਂ ਹੈ ਹੀ ਨਹੀਂ ਵਧੀਆ ਡਰਾਈਵਰ ਨਾ ਹੈ ਨਹੀਂ ਜੀ ਡਰਾਈਵਰ ਜੀ ਬਿਲਕੁਲ ਵੀ ਵਧੀਆ ਨਹੀਂ ਤੁਸੀਂ ਸਿਖਾਈ ਕਿਸੇ ਕੁੜੀ ਨੂੰ ਸਕੂਟਰੀ ਆ ਕੁੜੀਓ ਨਹੀਂ ਸੈੱਟ ਹੋਈ ਜੀ ਸਿਖਾਵਾਂ ਕਿੱਥੇ ਦੇ ਕੋਈ ਬੜਾ ਦੁੱਖਾ ਪਤਾ ਲੱਗਿਆ ਅੱਜ ਹਾਂਜੀ ਕੀ ਦੱਸੀ ਤੁਸੀਂ ਸਿਖਾਏ ਕਿਸੇ ਨੂੰ ਸਕੂਟਰੀ ਆ ਗੱਡੀ ਚਲਾਉਣੀ ਮੈਂ ਸਕੂਟੀ ਨਹੀਂ ਸਿਖਾਈ ਜੀ ਇਹਨੇ ਸਿਖਾਈ ਹੈ ਜੀ ਮੈਂ ਸਿਖਾਈ ਹੈ ਜੀ ਫਿਰ ਸਿੱਖ ਲਿਓ ਵਧੀਆ ਬਹੁਤ ਵਧੀਆ ਫਿਰ ਇਹ ਕਿਵੇਂ ਕਹਿ ਸਕਦੇ ਕੁੜੀਆਂ ਵਧੀਆ ਡਰਾਈਵਰ ਨਹੀਂ ਹੁੰਦੀਆਂ ਇਹਨਾਂ ਦੇ ਵੀ ਪੈਰ ਮਹਾ ਹੀ ਲੱਗਦੇ ਆ ਨਾ ਉਹ ਜਵਾਨ ਆ ਥੋੜੇ ਜਿਹੇ ਅੱਛਾ ਤੁਹਾਡਾ ਕੀ ਕਹਿਣਾ ਮੈਂ ਵਿਆਹਿਆ ਜੀ ਇਹ ਤਾਂ ਮੈਂ ਪੁੱਛਿਆ ਨਹੀਂ ਨਾ ਹਾਂਜੀ ਇਹ ਤੁਹਾਨੂੰ ਪੁੱਛਣਾ ਚਾਹੀਦਾ ਸੀ ਨਾ ਕਾਰ ਯਾਰ ਅੱਛਾ ਕਾਰ ਵਾਲੀ ਫੇ ਚਲਾ ਲੈਂਦੀ ਹਾਂਜੀ ਸਾਰਾ ਵਧੀਆ ਚਲਾਉਂਦੀ ਬਹੁਤ ਵਧੀਆ ਚਲਾਉਂਦੀ ਬੋਲ ਰਹੇ ਨੇ ਕੀ ਕਹਿ ਸਕਦੇ ਤੁਸੀਂ ਡਿਸਕ੍ਰਿਮੀਨੇਸ਼ਨ ਕਰਦੇ ਨੇ ਕੀ ਕਹਿੰਦੇ ਬਾਈ ਕਦੇ ਬੈਠਣ ਨਹੀਂ ਜਾਂਦੀ ਕਿਸੇ ਇਹਨੂੰ ਵੀ ਪੁੱਛ ਲਓ ਅੱਛਾ ਤੁਸੀਂ ਬੈਠੇ ਹੋ ਆਪਣੀ ਵਾਈਫ ਦੇ ਪਿੱਛੇ ਹਾਂਜੀ ਚਲਾਇਆ ਵਧੀਆ ਚਲਾਇਆ ਬਹੁਤ ਵਧੀਆ ਪੈਰਾਂ ਨਾਲ ਰੋਕਦੇ ਨੇ ਕਿ ਨਹੀਂ ਉਹ ਬ੍ਰੇਕਾਂ ਨਾਲ ਹੀ ਰੋਕਦੇ ਆ ਇਹ ਦੇਖ ਲਓ ਵੀ ਫਿਰ ਇਹ ਤਾਂ ਗਲਤ ਗੱਲ ਹੈ ਦੋਵੇਂ ਬ੍ਰੇਕਾਂ ਇਕੱਠੀਆਂ ਲਾ ਦਿੰਦੇ ਤੇ ਦੰਦ ਸਲੇ ਆਪਾਂ ਸਕੂਟਰੀ ਚਲਾਉਣ ਜੋਗੀ ਛੱਡੀ ਨਹੀਂ ਲੱਤੇ ਵੜਤੀ ਪੌੜੀ ਨਾਲ ਤੁਰਦੀ ਹੈ ਨਾ ਇਹਦੀ ਨਾਲ ਦੀ ਤਾਂ ਕਰਕੇ ਅੱਛਾ ਤੁਸੀਂ ਦੱਸ ਤੁਸੀਂ ਇਹ ਵਧੀਆ ਗਾਇਕ ਨੇ ਹੋਰ ਕੀ ਕੀ ਗੱਲ ਤੁਸੀਂ ਗਾਣੇ ਹੋ ਗਾਣਾ ਜੀ ਗਾਲੀ ਦਾ ਜੀ ਕਿਹੜਾ ਸੁਣਾਈਏ ਦੱਸੋ ਜਿਹੜਾ ਮਰਜ਼ੀ ਕਹਿੰਦਾ ਨਾ ਮੈਂ ਮੰਗਾ ਫੂਣੇ ਐਪਲ ਦਾ ਨਾ ਚਾਹਵਾਂ ਮਹਿੰਗੀ ਵੋਚ ਕੋਈ ਤੇਰੇ ਪੈਸਿਆਂ ਤੇ ਮੈਂ ਐਸ਼ ਕਰਾਂ ਮੇਰੀ ਇੱਦਾਂ ਦੀ ਨਾ ਸੋਚ ਕੋਈ ਇੱਕੋ ਚੀਜ਼ ਚਾਹੁੰਦੀ ਹਾਂ ਤੇਰੇ ਤੋਂ ਮੈਂ ਜਿਹਨੂੰ ਪਾ ਕੇ ਹੱਸਿਆ ਰੋਇਆ ਕਰੂੰ ਟੀ ਸ਼ਰਟ ਹੀ ਦੇ ਜਾ ਵੇ ਆਪਣੀ ਮੈਂ ਰਾਤੀ ਪਾ ਕੇ ਸੋਇਆ ਕਰੂੰ ਟੀ ਸ਼ਰਟ ਹੀ ਦੇ ਜਾ ਵੇ ਆਪਣੀ ਮੈਂ ਰਾਤੀ ਪਾ ਕੇ ਸੋਇਆ ਕਰੂੰ ਹਾਏ ਬਹੁਤ ਸੋਹਣੀ ਅੱਛਾ ਇਹ ਗਾਣਾ ਕਿਹਨੂੰ ਡੈਡੀਕੇਟ ਕੀਤਾ ਇਹ ਗਾਣਾ ਡੈਡੀਕੇਟ ਨਹੀਂ ਕੀਤਾ ਇਹ ਬਾਈ ਦਾ ਆ ਆਪਣਾ ਬਹੁਤ ਵਧੀਆ ਵੀਰ ਅਤੇ ਉਹਨਾਂ ਵੀਰ ਹੋਣਾਂ ਦਾ ਸੌਂਗ ਅਤੇ ਆਪਾਂ ਮੈਨੂੰ ਮਤਲਬ ਕਿ ਵਧੀਆ ਲੱਗਦਾ ਸੌਂਗ ਵਾਲਾ ਹਾਂਜੀ ਗਾਣਾ ਬਹੁਤ ਥੈਂਕ ਯੂ ਜੀ ਐਵੇਂ ਗੇੜੀਆਂ ਛੇੜੀ ਮਾਰੋ ਤਾਂ ਕੁੜੀ ਨੂੰ ਸਿਖਾ ਦਿਓ ਸਕੂਟੀ ਤੇ ਆਏ ਨਹੀਂ ਨਾ ਅਸੀਂ ਗੱਡੀ ਤੇ ਆਏ ਆ ਤੇ ਸਕੂਟੀ ਨਹੀਂ ਨਹੀਂ ਤੁਹਾਨੂੰ ਸਕੂਟੀ ਨਹੀਂ ਆਉਂਦੀ ਚਲਾਉਣੀ ਸਕੂਟੀ ਦੀ ਲੈ ਚਿੱਬ ਕੱਢ ਦਈਦੇ ਆ ਏ ਬੁਆਏ ਸਵੇ ਤੁਸੀਂ ਸਿਖਾ ਸਕਦੇ ਆ ਜੀ ਤੁਹਾਨੂੰ ਜਾ ਚ ਨਹੀਂ ਨਹੀਂ ਮੈਨੂੰ ਤਾਂ ਕੋਈ ਇੰਟਰਸਟ ਨਹੀਂ ਅੱਛਾ ਤੁਸੀਂ ਫਿਰ ਪੈਦਲ ਯਾਤਰਾ ਜਾਣਾ ਪੈਦਲ ਵਧੀਆ ਗੱਲ ਨਹੀਂ ਸਕੂਟੀ ਗੱਡੀ ਟਰਾਈ ਕੀਤੀ ਸੀ ਉਹ ਫਿਰ ਕੀਤੀ ਸੀ ਮਤਲਬ ਉਹ ਸੀ ਬੜੀਆਂ ਲੱਗ ਗਈਆਂ ਪਿੱਛੇ ਉਹ 3 ਸਾਲ ਕੋਟ ਕਚਹਿਰੀ ਸੀ ਲੱਗਦਾ ਰਿਹਾ ਇਹੋ ਜਿਹੀ ਸੀ ਸਿਖਾਈ ਹਾਂਜੀ ਉਹਨੂੰ ਮੈਂ ਗੱਡੀ ਸਿਖਾਈ ਉਹਨੇ ਮੈਨੂੰ ਬੜਾ ਕੁਛ ਸਿਖਾਤਾ ਜ਼ਿੰਦਗੀ 'ਚ ਜਿਵੇਂ ਕਿ ਹੁੰਦੇ ਆ ਧੋਖੇ ਜਿਵੇਂ ਜੀਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗਗਨਦੀਪ ਅਮਨਦੀਪ ਮਦਰ ਡਾਟਰ ਕੁਛ ਵੀ ਸਮਝ ਲਓ ਚਲੋ ਬਹੁਤ ਵਧੀਆ ਅੱਛਾ ਕਿੰਨੀ ਕੁ ਵਾਰੀ ਇੱਥੇ ਗੇੜੀ ਛੇੜੀ ਮਾਰਨ ਥ੍ਰੀ ਬੀ ਟੂ ਅਸੀਂ 1 ਵੀਕ ਤੋਂ ਆ ਰਹੇ ਹਾਂ ਹਾਂਜੀ ਆਪਣੀ ਕਾਰ ਮੈਂ ਚਲੋ ਫਿਰ ਮੈਨੂੰ ਆ ਦੱਸੋ ਕਿ ਹਮੇਸ਼ਾ ਕਿਉਂ ਕਿਹਾ ਜਾਂਦਾ ਕਿ ਕੁੜੀਆਂ ਵਧੀਆ ਡਰਾਈਵਰ ਨਹੀਂ ਹੁੰਦੀਆਂ ਮੈਨੂੰ ਨਹੀਂ ਪਤਾ ਆਈ ਥਿੰਕ ਕੁੜੀਆਂ ਕੁਛ ਵੀ ਜੋ ਵੀ ਕੰਮ ਕਰਦੀਆਂ ਵਧੀਆ ਹੀ ਕਰਦੀਆਂ ਵੂਮੈਨ ਮੈਨੂੰ ਨਹੀਂ ਇਸ ਤਰ੍ਹਾਂ ਲੱਗਦਾ ਕਿ ਵਧੀਆ ਨਹੀਂ ਹੁੰਦੀਆਂ ਤੁਸੀਂ ਦੱਸੋ ਮੈਨੂੰ ਤਾਂ ਲੱਗਦਾ ਬਹੁਤ ਐਕਸਲੈਂਟ ਡਰਾਈਵਰ ਹੁੰਦੀ ਹੈ ਜ਼ਰਾ ਸਾ ਝੂਮ ਲੂ ਮੈਂ ਅਰੇ ਨਾਰੇ ਨਾਰੇ ਨਾ ਜ਼ਰਾ ਸਾ ਝੂਮ ਲੂ ਮੈਂ ਅਰੇ ਨਾਰੇ ਨਾਰੇ ਨਾ ਮੈਂ ਜਿੰਨਾ
ਨਾਲ ਵੀ ਗੱਲ ਗੁਲ ਕੀਤੀ ਉਹ ਕਹਿੰਦੇ ਕਿ ਕੁੜੀਆਂ ਦਾ ਦਿਮਾਗ ਹਮੇਸ਼ਾ ਮਤਲਬ ਘੁਟਣਿਆਂ 'ਚ ਹੁੰਦਾ ਆਹ ਗੱਲ ਤਾਂ ਮੰਨਣ ਵਾਲੀ ਨਹੀਂ ਹੈ ਨਾ ਪਰ ਕਈਆਂ ਨੇ ਮੈਨੂੰ ਆਵੇਗੀ ਕਿ ਕੁੜੀਆਂ ਵਧੀਆ ਪਾਇਲਟ ਵੀ ਨੇ ਪਰ ਉਹ ਸਕੂਟੀ ਚਲਾਉਂਦੇ ਬ੍ਰੇਕ ਘੱਟ ਪੈਰ ਕਿਉਂ ਮਾਰਦੇ ਪਤਾ ਨਹੀਂ ਪਹਿਲਾਂ ਕੋਈ ਮਿਸਕਨਸੈਪਸ਼ਨ ਹੋਣੀ ਹੁਣ ਤਾਂ ਨਹੀਂ ਇੱਦਾਂ ਕੋਈ ਨੋਟਿਸ ਆਇਆ ਤੁਸੀਂ ਚਲਾਉਂਦੇ ਹੋ ਸਕੂਟਰੀ ਕਾਰ ਚਲਾਉਂਦੇ ਹੋ ਸਕੂਟੀ ਸਕੂਟੀ ਨਹੀਂ ਸਕੂਟੀ ਨਹੀਂ ਨਹੀਂ ਸਕੂਟੀ ਕਿਉਂ ਨਹੀਂ ਚਲਾਉਂਦੇ ਆਪ ਵੀ ਬ੍ਰੇਕ ਐਸੇ ਜੋਕ ਮਾਰਾ ਉਸਕੇ ਬਾਅਦ ਮੈਨੇ ਸੋਚਾ ਨਹੀਂ देखो लड़कों को शायद अपने ऊपर कॉन्फिडेंस ज़्यादा होगा आई डोंट थिंक लड़कियाँ ऐसा कोई ड्राइव करती है बहुत अच्छी ड्राइव कर रही है जो भी चीज़ें चला रही हैं प्लेन से लेके शिप से लेके जो भी अच्छा ही चला रही है गर्ल्स पावर आई बिलीव कि गर्ल्स अच्छा चला रही है आपका क्या कहना है मेरा भी यही कहना है कि गर्ल्स एक्सीलेंट चलाती हैं मैं खुद बहुत अच्छा चलाती हूँ मतलब मिसकंसेप्शन करके अब मेरे ख्याल से लड़कियाँ स्कूटी चलाते हुए सोचेंगी देख लो अब लड़कियों बात आ गई हमारी इज्जत तो प्लीज़ स्कूटी के ध्यान से स्कूटी चलाते हुए पैर नीचे नहीं लगाना हमेशा ब्रेक ब्रेक मारो सीधा थैंक यू सो मच